मैं हैप्पी सिंगला, तुसी जुड़ चुके हो पीवी न्यूज़ नाल। आज पंजाब यूटी मुलाजम ते पेंशनर्स दे सांझा फ्रंट दे सद्दे ते जिला बठिंडा दे समूह मुलाजमा वल्लों पेन डाउन टूल डाउन हड़ताल नू सफल बनाउण लई मिनी सेक्रेटरीएट बठिंडा विखे एक विशाल धरना मारिया गया। इस मौके ते बुलारिया ने बोलदे कहा कि जेकर मुलाजमा दीआं मंगां नू ना मन्या गया तां आउण वाले समें विच तिखे संघर्ष किए जाएंगे। 29 जुलाई नू सरकार दे पेज उधेड़न लई पटियाला विखे महारैली की जाएगी। बठिंडा तो हरमीत सिव्यां दी विशेष रिपोर्ट। मेरा नाम गगनदीप सिंह है जी, तालमेल कमेटी पैरामेडिकल ते सेहत कर्मचारी जिला बठिंडा दा मैं आगू हाँ। अज दा जिहड़ा इह प्रोग्राम किया गया इह देश भगत यादगार हाल दे विच 22 जून नू सांझे फ्रंट की एक मीटिंग हुई सी, जिहदे विच उह कन्वेंशन हुई सी। कन्वेंशन दे विच जिहड़ा सारे मुलाजमान वालों इस गल दे उत्ते विचार वटांदरा किया गया सी कि सरकार वालों मुलाजमान दीआं मंगां उत्ते लगातार चुप धारी हुई है। इस चुप नू तोड़न दे वास्ते 8 ते 9 तरीक नू जिला पद्धरां दे उत्ते जिहड़ी भुख हड़ताल करनी सी, कलम डाउन ते पेन डाउन हड़ताल जिहड़ी सीगी उह करनी सी। इहदे लई साडे जिहड़े मुलाजम साथी सी ਉਹ ਅੱਜ ਇੱਥੇ ਇਕੱਠੇ ਹੋਏ ਸੀ ਮਿੰਨੀ ਸਕੱਤਰੇਤ ਦੇ ਵਿੱਚ, ਅਤੇ ਉਸ ਤੋਂ ਬਾਅਦ ਟ੍ਰੈਫਿਕ ਜਾਮ ਕੀਤਾ ਗਿਆ ਬੱਸ ਸਟੈਂਡ ਦੇ ਸਾਹਮਣੇ। ਮੁਲਾਜ਼ਮਾਂ ਦੀਆਂ ਮੰਗਾਂ ਨੇ ਕਿ ਜਿਹੜੀ ਪੇ ਕਮਿਸ਼ਨ ਦੀ ਲੰਗੜੀ ਲੂਲੀ ਰਿਪੋਰਟ ਪੇਸ਼ ਕੀਤੀ ਆ ਉਸ ਨੂੰ ਮੁੜ ਤੋਂ ਵਿਚਾਰ ਕੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਪੇਸ਼ ਕੀਤਾ ਜਾਵੇ। ਇਸ ਤੋਂ ਇਲਾਵਾ ਕੱਚੇ ਕਾਮੇ ਜਿਹੜੇ ਲਗਾਤਾਰ 15-15 ਸਾਲਾਂ ਤੋਂ ਮਹਿਕਮੇ ਦੇ ਵਿੱਚ ਨਿਗੂਣੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੀ ਪੁਰਾਣੀ ਪੈਨਸ਼ਨ ਹੈ 1-1-2004 ਤੋਂ ਪੁਰਾਣੀ ਪੈਨਸ਼ਨ ਜਿਹੜੀ ਸੀਗੀ ਉਹ ਬੰਦ ਕਰ ਦਿੱਤੀ ਗਈ ਸੀ ਮੁਲਾਜ਼ਮਾਂ ਦੀ। ਅੱਜ ਸਾਂਝੇ ਫਰੰਟ ਦੀ ਇਹ ਮੰਗ ਹੈ ਕਿ ਜਿਹੜੀ ਇਹ 1-1-4 ਤੋਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਗਈ ਸੀ ਉਹਨੂੰ ਮੁੜ ਤੋਂ ਬਹਾਲ ਕੀਤਾ ਜਾਵੇ, ਕਿਉਂਕਿ ਮੁਲਾਜ਼ਮ ਇਹ ਜਾਣਦੇ ਨੇ ਕਿ ਜਦੋਂ MLA ਇੱਕ ਵਾਰ ਵੀ ਜਿੱਤ ਜਾਂਦਾ, ਚਾਹੇ ਉਹ ਇੱਕ ਦਿਨ ਲਈ MLA ਬਣ ਜਾਂਦਾ, ਤਾਂ ਉਹਨੂੰ ਲਗਾਤਾਰ ਜਿਹੜੀ ਆ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਆ। ਪਰ ਮੁਲਾਜ਼ਮ 40-40 ਸਾਲ ਲਗਾਤਾਰ ਆਪਣੇ ਮਹਿਕਮੇ ਦੇ ਵਿੱਚ ਕੰਮ ਕਰਦੇ ਨੇ, ਹੱਡ ਕਸਾਉਂਦੇ ਨੇ, ਅਤੇ ਜਦੋਂ ਉਹ ਘਰ ਨੂੰ ਜਾਂਦੇ ਨੇ ਤਾਂ ਉਹਨਾਂ ਤੋਂ ਪੰਜਾਬ ਸਰਕਾਰ ਨੇ ਜਿਹੜਾ ਉਹਦਾ ਹੱਕ ਹੈ ਪੈਨਸ਼ਨ ਦਾ ਉਹ ਖੋਹ ਲਿਆ, ਜਾਣੀ ਬੁਢਾਪੇ ਦੀ ਜਿਹੜੀ ਡੰਗੋਰੀ ਸੀ, ਸਹਾਰਾ ਸੀ ਜਿਹੜਾ, ਉਹ ਖੋਹ ਲਿਆ ਗਿਆ। ਕਿਉਂਕਿ ਮੁਲਾਜ਼ਮ ਜਿਹੜਾ ਉਹ 60 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਬਿਮਾਰੀਆਂ ਠਮਾਰੀਆਂ ਦੇ ਵਿੱਚ ਵੀ ਘਿਰ ਜਾਂਦਾ, ਉਹਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਹੁੰਦੀ ਆ। ਸੋ ਇਸ ਕਰਕੇ ਸਾਡੀ ਇਹ ਮੰਗ ਜਿਹੜੀ ਆ ਉਹ ਵਾਜਬ ਬਣਦੀ ਆ ਕਿ ਜੇ ਇੱਕ MLA ਆਪਦੀ ਪੈਨਸ਼ਨ ਲੈ ਸਕਦਾ ਤਾਂ ਫਿਰ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਜਿਹੜੀ ਆ ਉਹ ਲਾਜ਼ਮੀ ਤੌਰ 'ਤੇ ਮਿਲਣੀ ਚਾਹੀਦੀ ਆ। ਕੱਚੇ ਕਾਮੇ ਪੱਕੇ ਹੋਣੇ ਚਾਹੀਦੇ ਆ। ਆਹ ਜਿਹੜੀ ਪੇ ਕਮਿਸ਼ਨ ਹੈ ਮਹਿੰਗਾਈ ਨੂੰ ਦੇਖਦੇ 3.8 ਦੇ ਗੁਣਾਕ ਦੇ ਨਾਲ ਗੁਣਾ ਕਰਕੇ ਸਰਕਾਰ ਜਿਹੜੀ ਆ ਇਹ ਸਾਡੀ ਮੰਗ ਪੂਰੀ ਕਰੇ। ਧੰਨਵਾਦ ਜੀ, ਬਹੁਤ ਬਹੁਤ।